ਮਾਦਾ ਦਾ ਜ਼ੁਬੈਰ احمد ਹਾਂ ਤੇ ਮੈਂ ਪੰਜਾਬੀ ਲੋਖਾਰੀ ਹਾਂ ਅ ਕਸ਼ਮੀਰ ਦਾ ਦਿਹਾੜ ਅਸੀਂ ਮਨਾਨੇ ਆ ਕਿਉਂਕਿ ਹਿੰਦੁਸਤਾਨ ਨੇ 1947 ਦੇ ਵਿੱਚ ਇਹ ਕਿਹਾ ਸੀ ਕਿ ਉਹਦੇ ਉੱਤੇ ਇੱਕ ਅਸੀਂ ਇਲੈਕਸ਼ਨ ਜਿਹੜੇ ਕਰਾਵਾਂਗੇ VOTING ਕਰਾਵਾਂਗੇ ਪਲੇਬਿਸਾਈਟ ਅਸੀਂ ਕਰਾਵਾਂਗੇ ਤੇ ਇਹ ਫੈਸਲਾ ਕੀਤਾ ਜਾਏਗਾ ਕਿ ਕਸ਼ਮੀਰ ਜਿਹੜਾ ਕਿਦ ਹੈ ਔਰ ਕਸ਼ਮੀਰੀਆਂ ਕੋਲੋਂ ਪੁੱਛਿਆ ਜਾਏਗਾ ਉਹਦੇ ਉੱਤੇ UNO ਦੀ ਜਿਹੜੀ ਇਕਰਾਰਨਾਮਾ ਸੀ ਉਹਦੇ ਉੱਤੇ ਅਜ ਤੱਕ ਅਮਲ ਨਹੀਂ ਹੋਇਆ ਐਸ਼ਲੀ ਐ ਦੀ ਨਸੀ ਜਿਹੜਾ ਐ ਐਸਲੀ ਮਨਾਨੇ ਆ ਕਿ ਹਿੰਦੁਸਤਾਨ ਦੇ ਉੱਤੇ ਅਸੀਂ ਪ੍ਰੈਸ਼ਰ ਪਾਈਏ ਕਿ ਉਹ ਜਿਹੜੇ ਕਸ਼ਮੀਰ ਦੇ ਉੱਤੇ ਜਿਹੜੇ ਵਾਦੇ ਸੀ ਉਹ ਉਹਨਾਂ ਨੂੰ ਪੂਰਾ ਕਰੇ ਕਸ਼ਮੀਰ ਦੇ ਉੱਤੇ ਮੁਸਲਮਾਨ ਜਿਹੜੇ ਨੇ ਇੱਕ ਮੁਸਲਮਾਨ ਸੂਬਾ ਹੈ ਔਰ ਉੱਥੇ اکثریت ਵੀ ਮੁਸਲਮਾਨਾਂ ਦੀ ਹੈ ਉਹ ਪਿਛਲੇ 75 ਸਾਲ ਤੋਂ ਆਪਣੇ ਹੱਕਾਂ ਲਈ ਆਪਣੀ ਸਿਆਸਤ ਲਈ ਜਿਹੜਾ ਹੈ ਆਜ਼ਾਦੀ ਲਈ ਜੰਗ ਕਰ ਰਹੇ ਨੇ ਹਿੰਦੁਸਤਾਨ ਨੇ 360 ਦੀ ਜਿਹੜਾ ਇੱਕ ਦਫਾ असेंबली ਤੋਂ منظور کرا کے ਉਹ ਜਿਹੜੀ ਇੱਕ ਆਟੋਨਮਸ ਸਟੇਟਸ ਸੀ ਕਸ਼ਮੀਰ ਦਾ ਉਹ ਵੀ ਖਤਮ ਕਰ ਦਿੱਤਾ ਹੈ। ਔਰ ਉੱਥੇ ਜਿਹੜਾ ਹੈ ਉਥੋਂ ਦੇ ਲੋਕਾਂ ਨੂੰ ਨਾ ਕੋਈ ਹਕੂਕ ਨੇ, ਨਾ ਉਹ ਕੋਈ ਜਲਸਾ ਕਰ ਸਕਦੇ ਨੇ, ਹੱਥਾ ਕਿ ਜਦੋਂ ਨਮਾਜ਼ ਪੜਨ ਲਈ ਇਕੱਠੇ ਹੁੰਦੇ ਨੇ, ਉੱਥੇ ਵੀ ਪਾਬੰਦੀਆਂ ਲਾ ਦਿੱਤੀਆਂ ਜਾਂਦੀਆਂ ਨੇ। ਤੇ ਅਸੀਂ ਜਿਹੜੇ ਹਾਂ ਕਸ਼ਮੀਰੀਆ ਦੇ ਨਾਲ ਆ, ਅਸੀਂ ਉਹਨਾਂ ਦੀ ਸਿਆਸੀ, اخلاقی ਔਰ ਜਿਹੜੀ ਹੈ ਮਦਦ ਜਿਹੜੀ ਹੈ ਉਹ ਕਰਦੇ ਰਾਂਗੇ। ਔਰ ਅਸੀਂ ਉਹਨਾਂ ਨਾਲ ਆਪਣੀ ਸੋਲੀਡਾਰਟੀ ਯਕਜਹਿਤੀ ਜਿਹੜੀ ਹੈ ਉਹਦਾ ਐਲਾਨ ਕਰਦੇ ਹਾਂ